ਇੱਕ ਸਤਿਕਾਰਯੋਗ ਸ਼ਖਸੀਅਤ ਸਰਦਾਰ ਗੁਰਦੇਵ ਸਿੰਘ ਗਰੇਵਾਲ ਬੀਤੇ ਦਿਨ ਪਰਮਾਤਮਾ ਭਰਸੋਂ ਬਖਸ਼ੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਗੁਰਦੁਆਰਾ ਸਿੰਘ ਸਭਾ ਇੰਦਰਾਪੁਰੀ ਕਲੋਨੀ ਹਰਿੰਦਰ ਨਗਰ ਸਰਹਿੰਦ ਰੋਡ ਪਟਿਆਲਾ ਵਿਖੇ ਪਾਏ ਗਏ। ਸੁਖਦੇਵ ਸਿੰਘ ਗਰੇਵਾਲ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਪਤਨੀ ਦਲੀਪ ਕੌਰ, ਬੇਟਾ ਤੇਜਿੰਦਰ ਸਿੰਘ ਗਰੇਵਾਲ, ਪੋਤਰੀ ਰਮਨਜੋਤ, ਪੋਤਰਾ ਜਸ਼ਨਦੀਪ, ਦਿਲਜੋਤ ਸਿੰਘ ਅਤੇ ਸਮੂਹ ਪਰਿਵਾਰ ਨੂੰ ਛੱਡ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਸ ਮੌਕੇ 'ਤੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ।
ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲਣਾ ਜੀ ਲਿਖਿਆ ਤਿਆ ਹੁਕਮ ਕਮਾਏ ਘੱਗੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਰ ਪ੍ਰਸਾਦ ਦਤਾਰ ਪਿਤਾ ਜੀ ਨਾਮ ਜੀ ਕੇ ਦਰ ਘਰ ਦੇ ਸੇਵਕ ਸਰਦਾਰ ਸੁਖਦੇਵ ਸਿੰਘ ਗਰੇਵਾਲ ਦਤਾਰ ਪਿਤਾ ਜੀ ਆਪਣੀ ਜੀਵਨ ਯਾਤਰਾ ਨੂੰ ਨਵੀਆਂ ਕਰਦੇ ਹੋ ਆਪ ਜੀ ਦੁਆਰਾ ਬਖਸ਼ਿਸ਼ ਸਵਾਸਾਂ ਦੀ ਕੁੰਜੀ ਨੂੰ ਭੋਗਦੇ ਹਾਂ ਪਿਛਲੇ ਦਿਨੀ ਅਕਾਲ ਚਲਾਉਣ ਕਰ ਗਏ ਸੀ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਿਮਿੱਤ ਉਹਨਾਂ ਦੀ ਮਿੱਠੀ ਯਾਦ ਮੁਲਕ ਰੱਖਦੇ ਹੋਇਆਂ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਰੱਖੇ ਹੋਏ ਪਾਠ ਦੇ ਅਨੁਰੂਪ ਪਾਏ ਗਏ ਉਪਰੰਤ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦਰ ਘਰ ਦੀਆਂ ਸੇਵਾਵਾਂ ਆਪ ਲੈਣੀਆਂ ਸੀ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਰਾਮ ਚੜ੍ਹਦੀ ਕਲਾ
Jaagre ho re, mana jaagre.
Yeah.
I'm gonna sing it out.
Yo, yo.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
ਇਹ ਸੰਸਾਰ ਦਾ ਨਿਯਮ ਹੈ। ਸਰ ਕਹਿੰਦੇ ਜੋ ਉਪਜਿਓ ਸੋ ਗੁਣਸ ਹੈ ਪਰੂ ਆਜ ਕੈ ਕਾਲ ਨਾਨਕ ਹਰ ਗੁਣ ਕਰੇ ਲੇ ਛਾੜ ਸਗਲ ਜੰਜਾ। ਇਹ ਭਾਈ ਇਸ ਸੰਸਾਰ ਦੇ ਵਿੱਚ ਜੋ ਵੀ ਇਨਸਾਨ ਜਨਮ ਲੈਂਦਾ ਤੇ ਜੋ ਦਿਨ ਆਵੇ ਸੋ ਗੁਜ਼ਾਰੀ ਕਰਨਾ ਕੁਝ ਰਹਿਣ ਫਿਰਨਾ ਹੀ ਸੰਗ ਚਲਤ ਹੈ ਹੰਪੀ ਚਲਣਾ ਦੂਰ ਗਵਨ ਸੋ ਉੱਪਰ ਮਰਨਾ ਕਿਆ ਹੁਣ ਸੋਇਆ ਜਾਗ ਮਿਆਨਾ ਤੈਂ ਜੀਵਨ ਜਗ ਸੱਚ ਕਰ ਜਾਣੋ। ਇਹ ਭਾਈ ਇਸ ਸੰਸਾਰ ਦੇ ਵਿੱਚ ਜਿਵੇਂ ਦਿਨ ਚੜ੍ਹਦਾ ਹੈ ਉੱਤਰ ਜਾਂਦਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਪੂਚ ਰਹਿਣ ਥਿਰਾਨ। ਸਭ ਕਹਿੰਦੇ ਸਭ ਨੇ ਪੂਚ ਕਰਨਾ ਹੈ। ਕੋਈ ਵੀ ਸੰਸਾਰ ਦੇ ਵਿੱਚ ਇਹੋ ਜਿਹੀ ਸਤਸੰਗ ਜੀ ਵਸਤੂ ਨਹੀਂ ਹੈਗੀ ਜਿਹੜੀ ਚਲਾਏਮਾਨ ਮਾਰਗ ਬਣਨਾ ਜਾਂ ਕਿਸੇ ਵੀ ਚੀਜ਼ ਦਾ ਬਿੱਲ ਭਰਨਾ ਬੜੀ ਲੰਬੀ ਲਾਈਨ ਲੱਗਣੀ ਹੋਵੇ ਤੇ ਬਿੱਲ ਭਰਨ ਵਾਲੇ ਨੂੰ ਪਤਾ ਵੀ ਆ ਕੰਮ ਕੁਝ ਸਮੇਂ ਬਾਅਦ ਜਾਂ ਘੰਟੇ ਬਾਅਦ ਦੋ ਘੰਟਿਆਂ ਬਾਅਦ ਮੇਰੀ ਵਾਰੀ ਆ ਹੀ ਜਾਂਦੀ। ਇਸੇ ਢੰਗ ਦੇ ਨਾਲ ਇਹ ਇੱਕ ਇਹੋ ਜਿਹੀ ਲੱਗੀ ਹੋਈ ਲਾਈਨ ਹੈ ਜਿਹਦੇ ਵਿੱਚ ਸਾਹਿਬ ਕਹਿੰਦੇ ਵੀ ਕਦੀ ਨਾ ਕਦੀ ਮਿੱਤਰਾਂ ਤੇਰੀ ਵਾਰ ਵੀ ਆ ਜਾਂਦੀ। ਇਸ ਲਈ ਸਾਹਿਬ ਜੀ ਸਾਨੂੰ ਸੁਚੇਤ ਕਰ ਰਹੇ ਨੇ। ਸਾਹਿਬ ਕਹਿੰਦੇ ਨੇ ਕਿ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਪੂਚ ਰਹਿਣ ਤੇ ਨਾ ਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਮਨ ਸਮੂਹ ਪਰ ਮਰਨਾ ਕਿਆ ਨੂੰ ਸੋਇਆ ਜਾਗ ਕੇ। ਭਾਈ ਤੂੰ ਸੰਸਾਰ ਦੀ ਇਹੋ ਜਿਹੀ ਗਾਫਲਤ ਦੇ ਵਿੱਚ ਸੌ ਗਿਆ ਹੈ ਤੈਨੂੰ ਇਸ ਗੱਲ ਦਾ ਚੇਤਾ ਨਹੀਂ ਆਉਂਦਾ ਵੀ ਸੰਸਾਰ ਵਿੱਚ ਇੱਕ ਦਿਨ ਮੈਂ ਨਹੀਂ ਚਲੇ ਜਾਂਦਾ। ਮੌਤ ਬਾਰੇ ਸਾਨੂੰ ਸਭ ਨੂੰ ਪਤਾ ਹੈ ਅਤੇ ਇਸ ਗੱਲ ਦਾ ਵੀ ਸਾਨੂੰ ਖਿਆਲ ਹੈ ਕਿ ਸੰਸਾਰ ਦੇ ਵਿੱਚ ਕਿਸੇ ਨੇ ਵੇਖੇ ਰਹਿਣਾ ਚਲੇ ਜਾਣਾ ਇਸ ਨੂੰ ਦੱਸਣ ਦੀ ਲੋੜ ਨਹੀਂ। ਆਪਾਂ ਭੋਗਾਂ 'ਤੇ ਜਾਂਦੇ ਹਾਂ ਉੱਥੇ ਪ੍ਰਚਾਰਕ ਵੀਰ ਅਸਲ ਦੇ ਵਿੱਚ ਜ਼ਿਆਦਾਤਰ ਮੌਤ ਦੇ ਸੰਬੰਧ ਵਿੱਚ ਗੁਰਬਾਣੀ ਦੇ ਫਰਮਾਨ ਦੇ ਕੇ ਇਹ ਗੱਲ ਕੱਢੀ ਜਾਂਦੀ ਹੈ ਵੀ ਜਿਹੜਾ ਪਾਇਆ ਜੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਮ ਵਸਾਰ ਕੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਇੱਕੋ ਨਾਮ ਲਿਆ ਹੋ ਆਪਣੀ ਪੱਕ ਸਿੱਧੀ ਕਰ ਜਾਓ। ਇਹ ਭਾਈ ਆਪਾਂ ਕਿਉਂ ਸੰਸਾਰ ਦੇ ਵਿੱਚ ਸਾਨੂੰ ਖਾਣਾ ਵੀ ਚੇਤਾ ਹੈ ਪੀਣਾ ਵੀ ਚੇਤਾ ਹੈ ਹੋਰ ਸੰਸਾਰ ਦੇ ਸਾਰੇ ਕਾਰਜ ਚੇਤੇ ਨੇ ਸਾਨੂੰ ਹਰੇਕ ਚੀਜ਼ ਚੇਤੇ ਹੈ ਧਿਆਨ ਦੇ ਵਿੱਚ ਹੈ ਪਰ ਇੱਕ ਚੀਜ਼ ਸਾਹਿਬ ਕਹਿੰਦੇ ਸਾਨੂੰ ਅਕਸਰ ਭੁੱਲ ਜਾਂਦੀ ਹੈ ਉਹ ਹੈ ਮੌਤ। ਇੱਕ ਥਾਂ ਤੇ ਸਾਹਿਬ ਜੀ ਨੇ ਮਾਪਣ ਬਾਣੀ ਵਿੱਚ ਇਹਨਾਂ ਬਚਨਾਂ ਦੇ ਦੁਆਰਾ ਸਮਝਾਇਆ ਸਾਹਿਬ ਕਹਿੰਦੇ ਨੇ ਮਾਧੋ ਸਾਧੋ ਰਚਨਾ ਰਾਮ ਬਣਾਈ ਇੱਕ ਬਿਨ ਸਹਿ ਇੱਕ ਅਸਤਰ ਮਾਨੇ ਅਚਰ ਚਰਨ ਦੀ ਉਡਾਈ। ਸਾਹਿਬ ਕਹਿੰਦੇ ਵੀ ਮੈਂ ਇਹ ਸੰਸਾਰ ਦੇ ਪਰਮਾਤਮਾ ਦੇ ਇਸ ਕੋਲ ਨੂੰ ਵੇਖ ਕੇ ਹੈਰਾਨ ਹਾਂ ਕਿ ਇੱਕ ਆਪਣੇ ਹੱਥੀਂ ਸਭ ਕੁਝ ਕੀਤਾ ਹੈ ਤੇ ਉਹਨੂੰ ਵੇਖ ਕੇ ਵੀ ਇਨਸਾਨ ਨੂੰ ਆਪਣੀ ਮੌਤ ਚੇਤੇ ਨਹੀਂ ਆਉਂਦੀ। ਇੱਕ ਬੜੀ ਪਿਆਰੀ ਸਤਸੰਗ ਜੀ ਗਾਥਾ ਹੈ ਦੋ ਚਾਰ ਮਿੰਟ ਦੀ ਉਸ ਗਾਥਾ ਦੇ ਵਿੱਚ ਨਾ ਇਸ ਗੱਲ ਨੂੰ ਆਪਾਂ ਸਮਝ ਸਕਦੇ ਹਾਂ ਕਿ ਇਨਸਾਨ ਇਸ ਢੰਗ ਦੇ ਨਾਲ ਮੌਤ ਵਿਸਰ ਜਾਂਦੀ ਹੈ। ਕਹਿੰਦੇ ਵੀ ਇੱਕ ਫਕੀਰ ਇੱਕ ਇਨਸਾਨ ਫਕੀਰ ਸੁਭਾਅ ਦਾ ਰਸਤੇ 'ਤੇ ਜਾ ਰਿਹਾ ਸੀ ਗਰਮੀਆਂ ਦੇ ਦਿਨ ਨੇ ਸਫ਼ਰ ਕਰ ਰਿਹਾ ਹੈ ਅਤੇ ਸਫ਼ਰ ਦੇ ਦੌਰਾਨ ਧੁੱਪ ਬਹੁਤ ਪੈ ਰਹੀ ਹੈ ਅਚਾਨਕ ਉਹਨੂੰ ਪਿਆਸ ਲੱਗੀ ਅਤੇ ਪਿਆਸ ਦੇ ਦੌਰਾਨ ਉਹਨੇ ਸੋਚਿਆ ਵੀ ਬਣਾ ਜਾ ਕੇ ਪਾਣੀ ਪੀ ਲਵਾਂ ਕਿਤੇ ਪਾਣੀ ਮਿਲ ਜਾਵੇ ਪਾਣੀ ਪੀ ਕੇ ਪਿਆਸ ਬੁਝਾਈ ਜਾਵੇ ਅਤੇ ਫਿਰ ਇਹ ਜਿਹੜਾ ਸਫ਼ਰ ਹੈ ਕੀਤਾ ਜਾਵੇ। ਸਤਸੰਗ ਜੀ ਧਿਆਨ ਦੇਣਾ ਕਹਿੰਦੇ ਵੀ ਪਾਣੀ ਪੀਣ ਵਾਸਤੇ ਸਰੋਵਰ ਦੀ ਭਾਲ ਕਰਨ ਵਾਸਤੇ ਥੋੜ੍ਹਾ ਜਿਹਾ ਅੱਗੇ ਗਿਆ ਥੋੜ੍ਹਾ ਜਿਹਾ ਦੂਰ ਜਾ ਕੇ ਵੇਖਿਆ ਇੱਕ ਸਰੋਵਰ ਹੈ ਪਾਣੀ ਪੀਣ ਵਾਲਾ। ਕਹਿੰਦੇ ਇਸ ਮੁਸਾਫਰ ਨੂੰ ਜਦੋਂ ਪਿਆਸ ਲੱਗੀ ਨਾ ਪਾਣੀ ਪੀਣ ਦੀ ਉਸ ਕਿਨਾਰੇ 'ਤੇ ਜਾ ਕੇ ਪਾਣੀ ਦੀ ਭੁੱਖ ਭਰੀ ਅਤੇ ਪਾਣੀ ਪੀਣ ਲੱਗਾ। ਦੇਖੋ ਕੋਈ ਵੀ ਸਤਸੰਗ ਦੀ ਘਟਨਾ ਕਿਸੇ ਵੀ ਢੰਗ ਦੇ ਨਾਲ ਵਿਦਵਾਨਾਂ ਵੱਲੋਂ ਘੜੀ ਜਾਂਦੀ ਹੈ ਜਾਂ ਸਾਖੀ ਕਹਿ ਲਿਆ ਜਾਵੇ ਜਾਂ ਕਹਾਣੀ ਕਹਿ ਲਿਆ ਜਾਵੇ ਇਹ ਸਾਰੀਆਂ ਸਾਖੀਆਂ ਕਹਾਣੀਆਂ ਅਸਲ ਵਿੱਚ ਸਾਨੂੰ ਸਿੱਖਿਆ ਲੈਣ ਵਾਸਤੇ ਹੁੰਦੀਆਂ। ਸਾਖੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਸ ਨੂੰ ਸੁਣ ਕੇ ਸਾਨੂੰ ਕੁਝ ਸਿੱਖਿਆ ਮਿਲ ਸਕੇ ਜਿਸ ਨੂੰ ਸੁਣ ਕੇ ਅਸੀਂ ਥੋੜ੍ਹਾ ਜਿਹਾ ਉਸ ਜੀਵਨ ਵਾਲੇ ਪਾਸੇ ਜਾ ਸਕੀਏ। ਹੁਣ ਕਹਿੰਦੇ ਇਸ ਇਨਸਾਨ ਨੇ ਮੁਸਾਫਰ ਨੇ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਪਾਣੀ ਦੀ ਭੁੱਖ ਭਰੀ ਪੀਣ ਲੱਗਾ ਆਵਾਜ਼ ਆਈ ਕਿ ਇਹ ਪਾਣੀ ਪੀਣ ਵਾਲੇ ਮੁਸਾਫਰ ਇੱਕ ਆਕਾਸ਼ ਵਾਂਗ ਹੋਈ
ਇੱਕ ਆਵਾਜ਼ ਆਈ ਕਿ ਇਹ ਪਾਣੀ ਪੀਣ ਵਾਲੇ ਮੁਸਾਫਿਰ ਪਾਣੀ ਤਾਂ ਪੀਵੇ। ਪਹਿਲਾਂ ਮੇਰੇ ਸਵਾਲ ਦਾ ਜਵਾਬ ਜਦੋਂ ਪ੍ਰਕਾਸ਼ ਪਾਣੀ ਉਹਨਾਂ ਸਤਿ ਸ੍ਰੀ ਅਕਾਲ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਬੈਠਿਆ ਵੀ ਸ਼ਾਇਦ ਕਿਤੇ ਅਸਮਾਨ ਤੋਂ ਆਕਾਸ਼ ਵਾਣੀ ਹੁੰਦੀ ਹੈ ਅਤੇ ਰਸਾਨ ਸੁਣਦਾ। ਅਸਲ ਵਿੱਚ ਅਸਮਾਨ ਤੋਂ ਕਿਤੇ ਆਕਾਸ਼ ਵਾਣੀ ਹੁੰਦੀ, ਆਕਾਸ਼ ਵਾਣੀ ਇਨਸਾਨ ਦੇ ਅੰਦਰੋਂ ਹੁੰਦੀ। ਆ ਬੱਚੇ ਨੂੰ ਸਮਾਧ ਨਹੀਂ ਮੰਨ ਲਿਆ। ਮੈਂ ਬੇਨਤੀ ਕਰਾਂਗਾ ਮਾਤਾ ਜੀ ਨੂੰ ਕਿ ਆਪਣੇ ਬੱਚਿਆਂ ਨੂੰ ਬੇਨਤੀ ਕਰ ਰਿਹਾ ਸੀ ਵੀ ਆਕਾਸ਼ ਵਾਣੀ ਕਿਤੇ ਸਮਾਨ ਤੋਂ ਥੋੜ੍ਹਾ ਹੁੰਦੀ, ਆਕਾਸ਼ ਵਾਣੀ ਸਾਧ ਸੰਗਤ ਜੀ ਸਾਡੇ ਅੰਦਰੋਂ ਹੁੰਦੀ ਹੈ। ਆਪਾਂ ਕੋਈ ਵੀ ਸੰਸਾਰ ਦੇ ਵਿੱਚ ਕੋਈ ਕਾਰਜ ਕਰਦੇ ਹਾਂ ਅਤੇ ਕਾਰਜ ਕਰਦੇ ਹਾਂ, ਕੋਈ ਇਨਸਾਨ ਗਲਤ ਕੰਮ ਕਰਦਾ ਹੈ, ਉਹਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਆਤਮਾ ਦੀ ਆਵਾਜ਼ ਨੂੰ ਆਪਾਂ ਕਹਿ ਸਕਦੇ ਹਾਂ। ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਵੀ ਇਹ ਕੰਮ ਤੇਰੇ ਕਰਨ ਦੇ ਲਾਇਕ ਨਹੀਂ ਕਰਦਾ, ਪਰ ਇਨਸਾਨ ਆਪਣੇ ਉਸ ਅੰਤਰ ਆਤਮਾ ਦੀ ਆਵਾਜ਼ ਨਾ ਸੁਣੀ ਨਾ ਸੁਣੀ ਕਰਕੇ ਉਸ ਕੰਮ ਨੂੰ ਕਰਨ ਵਾਸਤੇ ਤਿਆਰ ਹੋਇਆ। ਮੁਸਾਫਰ ਆਏ, ਕੋਈ ਵੀ ਇਸ ਸਵਾਲ ਦਾ ਜਵਾਬ ਨਹੀਂ ਦੇ ਪਾ ਰਿਹਾ। ਉਸੇ ਰਸਤੇ ਤੋਂ ਇੱਕ ਫਕੀਰ ਲੰਘੇ ਆ ਗਿਆ। ਕਹਿੰਦੇ ਫਕੀਰ ਨੇ ਜਦੋਂ ਵੇਖਿਆ ਵੀ ਬਹੁਤ ਸਾਰੇ ਮੁਸਾਫਰ ਲੱਗਦਾ ਵੀ ਗਰਮੀ ਕਰਕੇ ਬੇਹੋਸ਼ ਪਏ, ਉਸ ਫਕੀਰ ਨੇ ਵੀ ਪਾਣੀ ਦੀ ਬੁੱਕ ਭਰ ਕੇ ਸੋਚਿਆ ਵੀ ਇਹਨਾਂ ਸਾਰਿਆਂ ਦੇ ਮੂੰਹ 'ਤੇ ਛੱਟੇ ਮਾਰਾਂ ਕਿਤੇ ਹੋਸ਼ ਵਿਚਾਰਾਂ, ਅਤੇ ਮੇਰੀ ਵੀ ਸ਼ਰਤ ਹੈ ਕਿ ਮੈਂ ਤੇਰੇ ਸਵਾਲ ਦਾ ਜਵਾਬ ਦੇ ਦੇਵਾਂ ਅਤੇ ਆ ਜਿੰਨੇ ਮੁਸਾਫਰ ਨੇ ਇਹਨਾਂ ਸਾਰਿਆਂ ਨੂੰ ਪਾਣੀ ਪੀਣ ਦੀ ਇਜਾਜ਼ਤ ਮਿਲ। ਕਹਿੰਦਾ ਠੀਕ ਹੈ। ਚਲੋ ਆਖਰ ਉਹਨੇ ਸਵਾਲ ਫਿਰ ਦੁਹਰਾਇਆ ਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਪ੍ਰਾਣੀ ਚੜ੍ਹਾਈ ਕਰਦੇ ਆ, ਬੜੇ ਸਕੇ ਸੰਬੰਧੀ ਸਾਡੇ ਚੜ੍ਹਾਈ ਕਰਦੇ ਨੇ, ਹੱਥੀ ਸੰਸਕਾਰ ਕਰਦੇ ਆ, ਬਾਕੀ ਰਸਮਾਂ ਕਰਦੇ ਆ, ਭੋਗ ਪਾਉਂਦੇ ਆ, ਇਹਦੇ ਵਿੱਚ ਹੈਰਾਨਗੀ ਵਾਲੀ ਗੱਲ ਕਿਹੜੀ ਹੈ? ਅਤੇ ਸਾਧ ਸੰਗਤ ਜੀ, ਫਕੀਰ ਬਹੁਤ ਗੂੜ ਗਿਆਨ ਸਮਝਦਾਰ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਸੀ, ਕਹਿਣ ਲੱਗਾ ਇਹ ਆਕਾਸ਼ ਵਿੱਚੋਂ ਆਵਾਜ਼ ਕਰਨ ਵਾਲੇ ਇਨਸਾਨ, ਇਹ ਸਰੋਵਰ ਦੇ ਮਾਲਕ, ਕਹਿੰਦੇ ਜਿਹੜਾ ਸਵਾਲ ਤੂੰ ਕੀਤਾ ਨਾ ਬੜਾ ਅਹਿਮ ਹੈ ਅਤੇ ਚੇਤੇ ਰੱਖ, ਜਿਹੜੀ ਤੂੰ ਗੱਲ ਕਹਿ ਰਿਹਾ ਵੀ ਹੈਰਾਨਗੀ ਵਾਲੀ ਗੱਲ ਕਿਹੜੀ ਹੈ? ਕਹਿਣ ਲੱਗਾ ਬੜੀ ਵੱਡੀ ਹੈਰਾਨਗੀ ਵਾਲੀ ਗੱਲ ਹੈ ਕਿ ਹੱਥੀ ਸੰਸਕਾਰ ਕਰਦੇ ਨੇ, ਹੱਥੀ ਬਾਕੀ ਸਾਰੇ ਕਿਰਿਆਕ੍ਰਮ ਕੀਤੇ ਜਾਂਦੇ ਨੇ, ਭੋਗ ਪਾਏ ਜਾਂਦੇ ਨੇ, ਇਹਦੇ ਵਿੱਚ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਕਰਕੇ ਵੀ ਇਨਸਾਨ ਨੂੰ ਆਪਣੀ ਮੌਤ ਚੇਤੇ ਆਪਣੀ ਮੌਤ ਨੂੰ ਚੇਤੇ ਆਉਂਦਾ। ਇਨਸਾਨ ਸੋਚਦਾ ਵੀ ਦੂਜਾ ਗਿਆ ਸ਼ਾਇਦ ਮੈਂ ਨਹੀਂ ਜਾਣਾ ਹਾਂ, ਜਾਂ ਕੁਝ ਸਮਾਂ ਸੀ ਸ਼ਮਸ਼ਾਨ ਘਾਟ ਦਾ ਜਿਹੜਾ ਸਾਹ ਉੱਥੇ ਬਲਦੀ ਉੱਚੀ ਖਾਂ ਨੂੰ ਵੇਖ ਕੇ ਸਾਡਾ ਮਨ ਵੀ ਲੱਗਦਾ ਕਰਦਾ ਹੈ ਕਿ ਇੱਕ ਦਿਨ ਤੇਰਾ ਵੀ ਇਹ ਹਾਲ ਹੋਣਾ। ਉਦੋਂ ਇਨਸਾਨ ਕਹਿੰਦਾ ਵੀ ਇੱਥੇ ਅਖੀਰਲੀ ਮੰਜ਼ਿਲ ਸਾਡੀ ਇੱਥੇ ਹੀ ਹੈ, ਤੂੰ ਗੁਰਦੁਆਰੇ ਵੀ ਆ ਕੇ ਜਿੰਨਾ ਚਿਰ ਜਿਹੜਾ ਇਨਸਾਨ ਆਪਣੇ ਅੰਦਰ ਨਹੀਂ ਸਮਝਦਾ। ਇਸ ਲਈ ਸਾਹਿਬ ਜੀ ਸਾਨੂੰ ਇਹ ਗੱਲ ਵਾਰ ਵਾਰ ਗੁਰਬਾਣੀ ਸਾਹਿਬ ਸਾਨੂੰ ਸੁਚੇਤ ਕਰਦੇ ਹਨ। ਸਾਹਿਬ ਕਹਿੰਦੇ ਕਿ ਸੰਸਾਰ ਵਿੱਚ ਰਾਮ ਦਿਓ ਰਾਮ ਦਿਓ ਜਾਂ ਤੂੰ ਬਹੁਤ ਪਰਵਾਰ, ਸਾਹਿਬ ਕਹਿੰਦੇ ਵੱਡੇ ਵੱਡੇ ਪਰਿਵਾਰਾਂ ਵਾਲੇ ਇੱਕ ਲੱਖ ਮੰਡ ਸਵਾ ਲੱਖ ਲੱਗ ਕੀਤੇ ਰਾਮ ਨਾਲ ਕਰਦੀਆਂ ਨਾ ਕਰਦੀ ਜਾਂ ਤੂੰ ਸੂਰ ਜਾ ਕੇ ਪੱਤਰ ਸੂਈ ਮੈਂ ਸੰਤਰ ਜਾ ਕੇ ਪੱਤਰੇ ਸੂਈ। ਸਾਹਿਬ ਜੀ ਨੇ ਪਾਵਣ ਬਾਣੀ ਸਾਹਿਬ ਜੀ ਕੋਈ ਇਹੋ ਜਿਹਾ ਰਿਕੋਰਡ ਨਹੀਂ ਰੱਖਿਆ ਕਿ ਜਿਹੜਾ ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਜਿਹੜੇ ਕਰਮ ਹੋ ਰਹੇ ਨੇ ਉਹਨਾਂ ਤੋਂ ਗੁਰੂ ਸਾਹਿਬ ਨੇ ਕਿਤੇ ਰਿਕੋਰਡ ਕਿਹਾ ਹੋਵੇ ਕੰਮ ਕੀ ਕਰਨਾ। ਗੁਰੂ ਸਾਹਿਬ ਜੀ ਨੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਦਾ ਸਾਰਾ ਗਿਆਨ ਗੁਰੂ ਸਾਹਿਬ ਜੀ ਨੇ ਪਾਵਣ ਬਾਣੀ ਸਾਨੂੰ ਦਿੱਤਾ ਕਿ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਇਹ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਬਤੀਤ ਕਰਨਾ, ਤੇਰਾ ਖਾਣਾ ਕਿਵੇਂ ਦਾ ਹੋਵੇ, ਤੇਰਾ ਪਾਉਣਾ ਕਿਵੇਂ ਦਾ ਹੋਵੇ, ਤੇਰਾ ਬੋਲ ਕਿਵੇਂ ਦਾ ਹੋਵੇ, ਤੇਰਾ ਜ਼ਿੰਦਗੀ ਦਾ ਰਹਿਣ ਦਾ ਢੰਗ ਕਿਵੇਂ ਦਾ ਹੋਵੇ, ਇਹ ਸਭ ਕੁਝ ਗੁਰੂ ਸਾਹਿਬ ਜੀ ਨੇ ਸਾਨੂੰ ਪਾਵਣ ਬਾਣੀ ਵਿੱਚ ਦੱਸ ਦਿੱਤਾ। ਪਰ ਬਦਕਿਸਮਤ ਜੀ ਸਾਡੀ, ਅਸੀਂ ਪਾਵਣ ਬਾਣੀ ਪੜ੍ਹਦੇ ਹਾਂ, ਸਮਝਣ ਦਾ ਜਦੋਂ ਵੀ ਕਰ ਦਿੰਦੇ ਹਾਂ, ਪੜ੍ਹ ਲੈਂਦੇ ਹਾਂ, ਉੱਥੇ ਪੜ੍ਹ ਕੇ ਛੱਡ ਦਿੰਦੇ ਹਾਂ, ਅੱਗੇ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਨ ਵਾਸਤੇ ਅਸੀਂ ਤਿਆਰ ਹੋ ਜਾਂਦੇ ਹਾਂ। ਇਹ ਸਾਡੇ ਵਿੱਚ ਕਮੀਆਂ ਨੇ। ਅਤੇ ਬਾਬਾ ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਸਲੋਕ ਹੈ, ਕਬੀਰ ਮਨ ਜਾਣਤ ਸਭ ਬਾਤ ਜਾਣਤ ਲੋਕਣ ਤਾਹੇ ਸੁਨਾਤ ਹਾਰ ਹੀ ਕੋਈ ਪਰੇ। ਇਹ ਮੇਰੇ ਮਨਾਂ ਭਗਤ ਕਬੀਰ ਜੀ ਕਹਿੰਦੇ ਵੀ ਮਨ ਸਭ ਕੁਝ ਜਾਣਦਾ ਹੈ, ਇਹਨੂੰ ਪਤਾ ਵੀ ਜਿਹੜਾ ਗਲਤ ਕੰਮ ਕਰਦਾ ਵੀ ਇਹ ਕੰਮ ਗਲਤ ਹੈ, ਜਿਹੜਾ ਕੰਮ ਇਹਦੇ ਕਰਨ ਦੇ ਲਾਇਕ ਨਹੀਂ ਜਾਣਦਾ ਇਹਨੂੰ ਸਭ ਪਤਾ ਹੈ, ਪਰ ਫਿਰ ਵੀ ਪਰਦਾ ਹੋਣ ਦੇ ਬਾਵਜੂਦ ਵੀ ਉਹ ਸਭ ਕੁਝ ਇਨਸਾਨ ਕਰੀ ਜਾ ਰਿਹਾ। ਇਸ ਲਈ ਸਾਹਿਬ ਕਹਿੰਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਝਾਲ ਮਾਰ ਕੇ ਦੇਖੋ, ਬਹਿਤੀ ਜਾਤ ਕਦੇ ਕਿਸ਼ਨਾ ਭਾਰਤ ਮਿੱਥਿਆ ਮੋਹ ਬੰਦਾ ਨਿਕਲ ਪਾਰਚ
ਮਾਂ ਦੀ ਭਗਤਨ ਤ੍ਰਿਣੀ ਜਨਮ ਪਦਾਰ ਜੀਤ ਸ਼ਰ ਸਾਹਿਬ ਜੀ ਨੇ ਗੱਲ ਸਮਝਾ ਦਿੱਤੀ ਕਿ ਆਪਣੀ ਜ਼ਿੰਦਗੀ ਵਰਤ ਦੀ ਝਾਤ ਮਾਰ ਕੇ ਤੂੰ ਅੰਜੀ ਨਾ ਆਸਾਂ ਲਾਈ ਬੈਠੋ ਕਿ ਬੜੀ ਲੰਬੀ ਉਮਰ ਹੈ। ਹਾਂ, ਕਿਸੇ ਗੁਰਦੇ ਇਨਸਾਨ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਕਰਦਾ ਜਿਵੇਂ ਸਰਦਾਰ ਸੁਖਦੇਵ ਸਿੰਘ ਗਰੇਵਾਲ ਨੂੰ ਮੈਂ ਪੁੱਛ ਰਿਹਾ ਸੀ ਪਰਮਾਤਮਾ ਦੇ ਕਹਿੰਦੇ ਸਰ ਵੀ 95 ਸਾਲ ਦੀ ਗਈ ਉਮਰ ਭੋਗ ਕੇ ਸੰਸਾਰ ਤੋਂ ਲਏ ਇੱਥੋਂ ਦੇ ਪੁਰਾਣੀ ਸਾਧਸਾਂ ਦੀ ਕੋਈ ਗੁਰਲੇ ਹੁੰਦੇ ਜਿਨ੍ਹਾਂ ਦੀ ਬਹੁਤ ਲੰਬੀ ਉਮਰ ਹੁੰਦੀ ਜਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬਖਸ਼ਿਸ਼ ਕੀਤੀ ਔਰ ਅਸਲ ਦੇ ਵਿੱਚ ਸਾਹਿਬ ਕਹਿੰਦੇ ਸਨ ਉਸ ਨੂੰ ਵੀ ਪਤਾ ਕਿਆ ਬਰਸਾਸਾ ਇਸ ਭਾਂਡੇ ਦਾ ਕਿਤੋਂ ਤੱਕ ਲੱਗੇ ਠੰਡਕਾ ਪਤਾ ਮੈਨੂੰ ਭੁੱਲ ਜਾਣਾ ਸਭ ਨੂੰ ਉਸ ਨੂੰ ਪਤਾ ਵੀ ਕੱਲ੍ਹ ਦਾ ਦਿਨ ਆਉਣਾ ਕੀ ਮੇਰੇ ਸਮੇਂ ਇਸ ਲਈ ਸਾਹਿਬ ਸਾਨੂੰ ਇਸ ਗੱਲ ਵਾਸਤੇ ਸੁਚੇਤ ਹੋਣਾ ਚਾਹੀਦਾ ਤਿਆਰ ਰਹਿਣਾ ਚਾਹੀਦਾ ਕਿ ਮੌਤ ਕਦੋਂ ਵੀ ਆ ਸਕਦੀ ਹੈ ਮੌਤ ਕਦੋਂ ਵੀ ਆ ਕੇ ਮੌਤ ਜਿਹੜੇ ਜਾਮਣੇ ਸਿਰ ਦੇ ਉੱਤੇ ਗਲ ਦੇ ਵਿੱਚ ਫਾਈ ਪਾ ਸਕਦੇ ਨੇ ਇਸ ਲਈ ਆਪਾਂ ਸਾਰੇ ਜਾਣੇ ਸੁਚੇਤ ਹੋ ਕੇ ਆਉਣ ਵਾਲੇ ਸਮੇਂ ਵਾਸਤੇ ਸਾਰੇ ਗੁਰੂ ਸਾਹਿਬ ਕਹਿ ਰਹੇ ਕਿ ਬਹਿੰਦੀ ਜਾਤ ਔਰ ਦੁਸ਼ਮਣਾ ਦਾ ਇਹਨਾਂ ਦੀ ਬਹਿੰਦੀ ਜਾ ਰਹੀ ਹੈ ਅਤੇ ਸਾਡਾ ਧਿਆਨ ਨਹੀਂ ਇਸ ਲਈ ਮਾਂ ਦੇ ਭਾਜਪਾ ਤਰਣੀ ਜਨਮ ਪਦਾਰਥ ਜੀ ਸ਼ਕਤੀਏ ਭਾਈ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਜਪਿਆ ਕਰੋ ਤਾਂ ਜੋ ਸਾਡਾ ਜਿਹੜਾ ਮਿੱਠਾ ਜਨਮ ਹੈ ਸਤਸੰਗ ਜੀ ਸਭ ਲੱਗ ਸਰ ਇਹ ਅੰਤਮ ਅਰਦਾਸ ਦੇ ਸਮਾਗਮ ਅਕਸਰ ਮੈਂ ਬੇਨਤੀ ਕਰਦਾ ਕਿ ਇਸ ਕੋਈ ਕਾਰਨ ਦੋ ਕਾਰਨ ਹੁੰਦੇ ਨੇ ਇੱਕ ਤਾਂ ਜਿਹੜੀ ਜੀਵਾਤਮਾ ਸੰਸਾਰ ਗੁਜ਼ਰੀ ਗਈ ਉਹਦੇ ਨਿਮਿੱਤ ਆਪਾਂ ਸਾਰੀਆਂ ਸੰਗਤਾਂ ਰਲ ਕੇ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਜੀ ਇਹਦੇ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗੁਨਾਹ ਖਿਮਾ ਕਰਕੇ ਅਤੇ ਸਦੀਵ ਕਾਲ ਵਾਸਤੇ ਚਰਨ ਕਮਲਾਂ ਵਿੱਚ ਅਰਦਾਸ ਦਰਸ਼ਨ ਦੂਜਾ ਕਾਰਨ ਸਤਸੰਗ ਜਿਸ ਦੇ ਆਪਣੇ ਵਾਸਤੇ ਅਰਦਾਸ ਕਰਨੀ ਹੁੰਦੀ ਹੈ ਕਿ ਦਤਾਲ ਆਉਂਦਾ ਕਿ ਬੜਾ ਸਮਾਂ ਸਾਡਾ ਵੀ ਲੱਗ ਗਿਆ ਆਪਣਾ ਕਿਰਪਾ ਕਰੋ ਵੀ ਅਸੀਂ ਵੀ ਪਾਠ ਪੜ੍ਹਦੇ ਹਾਂ ਪਰਮਾਤਮਾ ਦਾ ਨਾਮ ਲੈਂਦੇ ਹਾਂ ਸਿਮਰਨ ਕਰਦੇ ਹਾਂ ਭਗਤੀ ਕਰਦੇ ਹਾਂ ਸੰਸਾਰ ਦੇ ਵਿੱਚ ਕੁਝ ਚੰਗੇ ਕੰਮ ਕਰਦੇ ਆਪਣਾ ਜੀਵਨ ਬਤੀਤ ਕਰੀਏ ਤਾਂ ਜੋ ਸਾਡਿਆਂ ਦੀ ਉਸ ਪਰਮਾਤਮਾ ਦੇ ਘਰ ਵਿੱਚ ਪਹੁੰਚਣ ਦੇ ਨਾਲ ਸਾਡੇ ਲੋਕ ਦੇ ਮਨ ਨੂੰ ਸਫਲ ਹੋ ਸਕੇ ਸੋ ਸਤਿਸੰਗ ਜੀ ਸਮੇਂ ਦੀ ਸਮਾਪਤੀ ਹੈ ਗੁਰੂ ਸਾਹਿਬ ਦੀ ਕਿਰਪਾ ਕਰਨ ਸਰਦਾਰ ਸੁਖਦੇਵ ਸਿੰਘ ਗਰੇਵਾਲ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਪਹੁੰਚਾਉਣਾ ਸਾਰੇ ਬੰਦੇ ਜੋ ਦਿੱਤੇ ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਸਾਡੀ ਸੰਗਤਾਂ ਦੀ ਸੱਚੇ ਪਾਤਸ਼ਾਹ ਉਸ ਜੀਵਾਤਮਾ ਨੂੰ ਸੰਸਾਰ ਵਿੱਚ ਬੇਅੰਤ ਪ੍ਰਕਾਰ ਦੀਆਂ ਕਰਦੇ ਹਾਂ ਸਦੀਵ ਕਾਲ ਵਾਸਤੇ ਆਪਣੇ ਚਰਨ ਦੇਸ਼ੋ ਸਾਰੇ ਹੀ ਪਰਿਵਾਰ ਨੂੰ ਸੱਚੇ ਪਾਤਸ਼ਾਹ ਦੀ ਭਾਣਾ ਇਹ ਅਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹੈ ਆਓ ਸਾਰੀਆਂ ਸੰਗਤਾਂ ਸਾਹਿਬ ਅਤੇ ਪਰਿਵਾਰ ਸ਼ਬਦ ਗਾਵਣ ਸ਼ਬਦ ਏ ਮਨ ਮੇਰਿਆ ਤੂੰ ਸਦਾ ਪਰਮਾਤੇ ਹਰ ਨਾਲ ਰਹੋ ਤੂੰ ਕਰਨ ਮੇਰੇ ਦੁੱਖ ਦਾ ਸਾਰ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰ ਸਭਨਾ ਗਲਾ ਸਦਾ ਸੁਆਮੀ ਸੁਖਿਓ ਸਾਰ ਕਹਿ ਨਾਨਕ ਮਨ ਮੇਰੇ ਸਦਾ ਹਰ ਨਾਲ ਸਾਚੇ ਸਾਹਿਬਾ ਗਿਆਨ ਕਰਦੇ ਕਰਨਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਪ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਕਰਦੇ ਰਹਿ ਸਾਚਾ ਆਧਾਰ ਸਾਚ ਨਾਨਕ ਆਧਾਰ ਮੇਰਾ ਜਿਨ ਭੁੱਖਾ ਸਭ ਕਰ ਸ਼ਾਂਤ ਸੁਖ ਮਨਾਏ ਨਿਸ਼ਾ ਸਭਾ ਸਦਾ ਗੁਰਬਾਨ ਪਿਤਾ ਗੁਰ ਬਿਟੋ ਜਿਸ ਦੀਆਂ ਏ ਵੜਿਆ ਕਹਿ ਹੈ ਨਾਨਕ ਸੁਣੋ ਸੰਤੋ ਸ਼ਬਦ ਹੋਵੇ ਆਓ ਸਾਚਾ ਨਾ ਮੇਰਾ ਪਾਲਾ ਵਾਜੇ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਪੰਜ ਦੁਖ ਵਸ ਕੀਤੇ ਕਾਲ ਕੰਟਕ ਮਾਨ ਦੁਰ ਕਰਮ ਪਾਇਆ ਤੁਝ
ਤੋਂ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਜਿਤ ਕਰ ਨਦ ਨਦ ਸੁਣਾ ਵਡ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਸੁਣੀ ਸਚੀ ਬਾਣੀ ਸੰਤ ਸਾਜਨ ਪੇ ਪੂਰੇ ਗੁਰ ਤੇ ਜਾਣ ਸੁਣਦੇ ਪੁਨੀਤ ਕਹਿਦੇ ਪਵਿੱਤਰ ਸਤਿਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਜੇ ਅਨਾਦ ਸੁਣਦੇ ਪੁਨੀਤ ਕਹਿਦੇ ਸਤਿਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਆਜੇ ਅਨਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 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 ਤਿੰਨੇ ਤਾਰ ਪਰਿਵਾਰਣ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਦਨਾ ਪੂਰਾ ਗੈ ਜਾਗੀ ਪ੍ਰਭਾ ਕਰਦਾਸ ਅਰਦਾਸ ਇੱਕੋ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਜੀ ਸਹਾਈ ਵਾਹ ਸ਼੍ਰੀ ਗੁਰੂ ਜੀ ਕੀ ਪਾਤਸ਼ਾਹ ਸ੍ਰੀ ਪ੍ਰਿਥਮ ਭਗਵਤੀ ਸਰਕਾਰ ਗੁਰੂ ਨਾਨਕ ਨੇ ਧਿਆਏ ਹੋਈ ਫਿਰ ਅੰਗਦ ਗੁਰ ਤੇ ਅਮਰਦਾਸ ਅਰਦਾਸੀ ਕੀ ਸਹਾਈ ਅਰਜਨ ਹਰ ਗੋਬਿੰਦੋ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਅਜੈ ਸਿੱਖੈ ਸਭ ਕੁਛ ਜਾਈ ਦੀਪ ਬਹਾਦਰ ਸਿਮਰਿਆ ਘਰ ਨੂੰ ਦਾਵੇ ਧਾਰੇ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀ ਮਾਤਿਆਂ ਅਨੇਕਾਂ ਜੋਗੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਦੇਖ ਬਣ ਦੇਖ ਕੇ ਅਰਪਿਤ ਕੀਤਾ ਤਰਨਾ ਪਿਆਰਿਆਂ ਸੱਚੇ ਆਰਿਆਂ ਦੀਪ ਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਰ ਸੀ ਦਿੱਤੇ ਬੰਦ ਬੰਦ ਕਟਾਏ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵੈ ਚਿਤਾਵਨ ਕਸਤ ਕਾ ਸਰਬ ਸੁਖ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇਖ ਦੇਖ ਹੁੰਦਾ ਦਰਕੀ ਪੈ ਜੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵੇਖ ਦਾਨ ਸਾਧਾਨ ਤੂੰ ਸਾਧਾਨ ਗਾਨਾ ਸਰਦਾਨ ਨਾਮ ਨਾਮ ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਸ਼ਨਾ ਚੌਂਕੀਆਂ ਝੰਡੇ ਹੁੰਦੇ ਜੁਗ ਜੁਗ ਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਮੋਹਾ ਮਤ ਦੁਖੀ ਮਤ ਪਤਾ ਰੱਖਾ ਵਾਹਿਗੁਰੂ ਇਹ ਕਾਲ ਮੁਰਖ ਆਪਣੇ ਪੰਥ ਦੇ ਸਦਾ ਸਹਾਈ ਦਕਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਕਾਰ ਸੇਵਾ ਸੰਭਾਲਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹਨ ਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਉਪਿਆਂ ਦੀ ਓਪ ਗਰੀਬ ਨਿਵਾਜ ਪਰ ਪ੍ਰਸ਼ਨ ਕਿਰਪਾ ਨਿਧਾਨ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਉਪਾਵਣ ਚਰਨਾ ਕਰਨਾ ਪਾਸ ਬੇਨਤੀ ਜੋੜਨੀ ਹੈ ਦਤਾਰ ਪਿਤਾ ਜੀ ਜਿਹਾ ਜੀ ਲਿਖਿਆ ਤਿਆ ਹੁਕਮ ਕਮਾਏ ਕੰਦੇ ਆਵੇ ਨਾਨਕਾ ਸਦੇ ਉਨੀ ਜਾਏ ਦੇ ਮਹਾਂਵਾਕ ਅਨੁਸਾਰ ਦਤਾਰ ਪਿਤਾ ਜੀ ਨਾਮ ਜੀ ਕੇ ਦਰ ਘਰ ਦੇ ਸੇਵਕ ਸਰਦਾਰ ਸੁਖਦੇਵ ਸਿੰਘ ਗਰੇਵਾਲ ਦਤਾਰ ਪਿਤਾ ਜੀ ਆਪਣੀ ਜੀਵਨ ਯਾਤਰਾ ਨੂੰ ਪੂਰੀਆਂ ਕਰਦੇ ਹਾਂ ਆਪ ਜੀ ਦੁਆਰਾ ਬਖਸ਼ੀ ਸਵਾਸਾਂ ਦੀ ਕੁੰਜੀ ਨੂੰ ਭੋਗਦੇ ਹਾਂ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਿਮਿੱਤ ਉਹਨਾਂ ਦੀ ਮਿੱਠੀ ਯਾਦ ਨੂੰ ਰੱਖਦੇ ਹੋਇਆਂ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਰੱਖੇ ਹੋਏ ਪਾਠ ਦੇ ਭੋਗ ਪਾਏ ਗਏ ਉਪਰੰਤ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ
ਹਜ਼ੂਰ ਦੀਵਾਨ ਸਜਾਏ ਗਏ ਸੱਚੇ ਹੋਏ ਦੀਵਾਨਾਂ ਅੰਦਰ ਆਪ ਜੀ ਦੀ ਇਲਾਹੀ ਬਾਣੀ ਸ਼ਬਦ ਕੀਰਤਨ ਗੁਰ ਸ਼ਬਦ ਵਿਚਾਰ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਜਾਪ ਕੀਤੇ ਗਏ ਸੱਚੇ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦੀਆਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਆਪਣੇ ਅਣਜਾਣ ਸੇਵਕ ਜਾਣ ਕੇ ਖਿਮਾ ਕਰਨਾ ਚਰਨ ਕਮਲਾਂ ਵਿਖੇ ਨਿਵਾਸ ਬਖਸ਼ਣਾ ਪਿੱਛੋਂ ਸਮੁੱਚੇ ਸੇਵਕ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਸੁਖੀ ਪਰ ਲੋਕ ਸੁਖੀ ਕਰਨੇ ਰੋਡ ਪੈਡ ਦੇ ਪੱਤੇ ਵਜਨੇ ਸੇਵਕ ਪਰਿਵਾਰ ਤੋਂ ਗੁਰੂ ਘਰ ਦੇ ਲੰਗਰਾਂ ਬੰਦਰਾਂ ਵਾਸਤੇ ਬੇਅੰਤ ਮਾਇਆ ਅਰਦਾਸ ਕਰਾਈ ਗਈ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਸੋ ਖਜ਼ਾਨੇ ਭਰਪੂਰ ਕਰਨੇ ਕਿਰਪਾ ਕਾਲ ਗ੍ਰੰਥ ਮਨਜ਼ੂਰ ਕਰਨੇ ਰੁੱਖਾਂ ਕਲੇਸ਼ਾਂ ਦੇ ਵਾਸ ਨਾਮ ਰਾਣੀ ਭਜਨ ਦੇ ਪ੍ਰਕਾਸ਼ ਕਰਨੇ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਨੂੰ ਮੈਂ ਇਸ ਵੇਲੇ ਬਖਸ਼ੇ ਹੋਏ ਭੰਡਾਰੀਆਂ ਚੋਂ ਕੰਚਾ ਲੱਕੜਾ ਪ੍ਰਸ਼ਾਦੀ ਦੇ ਗੁਰੂ ਲੰਗਰ ਭਾਦਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਲੰਗਰ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਗੁਰੂ ਕਿਰਪਾ ਆਪਣੇ ਅਲਾਰੀ ਪ੍ਰਮਾਣ ਬਖਸ਼ ਕੇ ਸੰਗਤਾਂ ਨੂੰ ਪ੍ਰਤਾਪ ਕਰੋ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦਰ ਕਰਦੀਆਂ ਸੇਵਾਵਾਂ ਆਪ ਲੈਣੀਆਂ ਸੀ ਪਿਆਰੇ ਮਿਲਣੇ ਜਿਨ੍ਹਾਂ ਬਣਿਆ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਰਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੁਰਾ ਅਗਿਆ ਆਪਣੇ
ਬਖਤ ਕਰੇ ਬ੍ਰਤ ਪਾਲਾ ਅਚਰਜ ਤੇਰੀ ਵੜਿਆਈ ਨਿਤ ਨਾਨਕ ਨਾਮ ਧਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਆਪਾਂ ਸਾਰੇ ਜਾਣਦੇ ਹਾਂ ਸਰਦਾਰ ਸੁਖਦੇਵ ਸਿੰਘ ਗਰੇਵਾਲ ਜੋ ਕਿ ਪਰਿਵਾਰ ਨੂੰ ਉਸਨੇ ਵਿਛੋੜਾ ਮਿਲ ਗਏ ਹਨ ਉਹਨਾਂ ਦੀ ਅੱਖਾਂ ਅਰਦਾਸ ਨੂੰ ਸਾਧਸੰਗਤ ਵਿੱਚ ਸ਼ਾਮਿਲ ਹੋ ਰਹੇ ਹਾਂ। ਸੋ ਸਾਧਸੰਗਤ ਜੀ ਗੁਰੂ ਘਰ ਦੀ ਮਰਿਆਦਾ ਹੈ, ਸੇਵਕ ਪਰਿਵਾਰ ਵੱਲੋਂ ਮੈਂਬਰ ਗੁਰੂ ਘਰ ਵੱਲੋਂ ਸੋ ਕੌਮ ਬਖਸ਼ਿਸ਼ ਮਿਲੀ ਹੈ। ਧੰਨਵਾਦ ਕਰਨਾ ਹੈ, ਕਿਰਪਾ ਕਰਕੇ ਸਰੀਰ ਤੇ ਆ ਕੇ ਸੇਵਾ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਮੈਂ ਬੇਨਤੀ ਕਰਾਂਗਾ ਨਰਿੰਦਰ ਸਿੰਘ ਫਰਮਾਨ ਹੈ ਧੰਨ ਚਰੰਦਾ ਸੱਚਾ ਪਾਤਸ਼ਾਹ ਘੱਟ ਚਲਾਇਆ ਮੁੱਖ ਦੀ ਇੰਨੀ ਕੀ ਹੀ ਹਸਤੀ ਹੈ ਕਿ ਉਸ ਮਾਲਕ ਵਾਹਿਗੁਰੂ ਨੇ ਪੈਦਾ ਕੀਤਾ ਆਪੋ ਆਪਣੇ ਧੰਦਿਆਂ ਦੇ ਅਨੁਸਾਰ ਲਾ ਤਾ। ਜਦੋਂ ਸਮਾਂ ਹੋ ਗਿਆ ਉਹ ਪਾਈ ਭਰ ਗਈ, ਪਾਈ ਉਹ ਪਹਿਲਾਂ ਪੱਠਿਆਂ ਦੇ ਵਰਤੀ ਜਾਂਦੀ ਸੀ, ਅੱਜ ਕੱਲ੍ਹ ਵੇਖੀ ਨਹੀਂ ਹੋਣੀ ਕਿਸੇ ਨੇ, ਭਰੀਆਂ ਨਹੀਂ ਸੀ ਹੁੰਦੀਆਂ ਉਹ ਇੱਟਾਂ ਪਕਾਉਣ ਲਈ। ਜਦੋਂ ਸਮਾਂ ਆਉਂਦਾ ਸੀ ਉਹਦੇ 'ਚ ਖੋਲੇ ਪਾਉਣੇ ਪੈਂਦੇ ਸੀ, ਪਤਾ ਨਹੀਂ ਸੀ ਲੱਗਦਾ ਇੱਕ ਬਾਲਟੀ ਇੱਕ ਵੱਡੀ ਬਾਲਟੀ ਰੱਖ ਦਿੰਦੇ ਸੀ ਥੱਲੇ ਛੋਟੀ ਜਿਹੀ ਮੋਟੀ ਕਰਕੇ, ਉਹ ਥੱਲੇ ਉਹ ਪਾਣੀ ਉਹਦੇ 'ਚ ਵੜਦਿਆਂ ਜਦੋਂ ਭਾਰ ਭਰ ਜਾਂਦੀ ਸੀ ਡੁੱਬ ਜਾਂਦੀ ਸੀ ਤਾਂ ਖੋਲੇ ਪਾ ਦਿੰਦੇ ਸੀ, ਉਹਨੂੰ ਪਾਈ ਕਹਿੰਦੇ ਸੀ। ਉਹ ਮਨੁੱਖ ਦੇ ਜੀਵਨ ਦੀ ਵੀ ਜਦੋਂ ਪਾਈ ਭਰ ਜਾਂਦੀ ਆ ਤਾਂ ਫਿਰ ਉਹੀ ਜਾਂਦੀ ਆ ਉਹੀ ਮਿੱਤਰ ਰਿਸ਼ਤੇਦਾਰ ਸੰਬੰਧੀ ਉਹਨੂੰ ਘੱਤ ਚਲਾਇਆ ਦਾ ਮਤਲਬ ਆ ਵੀ ਅੱਡੇ ਦੇ ਪਾ ਕੇ ਲੈ ਜਾਂਦੇ ਨੇ। ਹਰ ਇੱਕ ਦੀ ਇਹੋ ਹੀ ਕਹਾਣੀ ਹੈ ਕਿਉਂਕਿ ਮਨੁੱਖ ਹੰਕਾਰ ਕਰਦਾ ਪਤਾ ਨਹੀਂ ਮੈਂ ਕਿੰਨਾ ਵੱਡਾ, ਪਰ ਉਸ ਮਾਲਕ ਵਾਹਿਗੁਰੂ ਦੇ ਘਰ 'ਚ ਕਰਮਾਂ ਦਾ ਹੀ ਫਰਕ ਆ। ਮਨੁੱਖ ਇੱਕੋ ਜਿਹਾ ਹੀ ਆ, ਆਪਾਂ ਤਾਂ ਸਰੀਰ ਹੀ ਵੇਖਦੇ ਹਾਂ। ਸਤਿਗੁਰੂ ਜੀ ਦਾ ਫਰਮਾਨ ਹੈ ਪ੍ਰੀਤਾ ਭੂਮ ਸਕੇਲ ਕੇ ਪੁਣੀਆਂ ਬਾਂਧੀ ਦੇ ਤਿਸ ਚਾਰ ਕੋ ਪੇਖਣਾ ਅੰਤ ਖੇ ਦੀਏ। ਛੋਟੀ ਜਿਹੀ ਮਿੱਟੀ ਦੀ ਚੁਟਕੀ ਲਾ ਕੇ ਇੱਕ ਪੁੜੀ ਬੰਨੀ ਹੋਈ ਆ, ਜਿਵੇਂ ਕਾਗਜ਼ 'ਚ ਦਵਾਈ ਦੀ ਪੁੜੀ ਬੰਨ ਦੇਈਦੀ ਆ, ਕਾਗਜ਼ ਗਲ ਗਿਆ ਅਤੇ ਖਿਲਰ ਜਾਂਦੀ ਆ, ਬਸ ਇਹੋ ਹੀ ਚਾਂਦੀ ਦੀ ਪੁੜੀ ਬੰਨ ਕੇ ਸਰੀਰ ਹੈ ਪੰਜ ਭੌਤ ਦਾ ਮਿੱਟੀ ਮਿੱਟੀ ਚ ਰਲ ਗਈ, ਪਰ ਮਿੱਟੀ ਮਿੱਟੀ ਦਾ ਫਰਕ ਹੁੰਦਾ, ਰਬ ਸਾਰੀ ਮਿੱਟੀ ਉਹਦੇ ਵਿੱਚ ਹੀ ਜਾਂਦੀ ਆ। ਕੁਝ ਮਿੱਟੀ ਆ ਜਿਹੜੀ ਉੱਡ ਕੇ ਅੱਖਾਂ 'ਚ ਵੀ ਪੈਂਦੀ ਆ, ਰੜਕਦੀ ਆ, ਵਸਤਰਾਂ ਨੂੰ ਲੱਗਦੀ ਆ, ਮਲੇਨ ਕਰਦੀ ਆ। ਕੁਝ ਮਿੱਟੀ ਆ ਜਿਹਦੇ ਉੱਤੇ ਫਲ ਫੁੱਲ ਬਨਸਪਤੀ ਖੁਸ਼ਬੂਦਾਰ ਫੁੱਲ ਉੱਗਦੇ ਨੇ, ਫਲ ਪੈਦਾ ਕਰਦੀ ਆ। ਸਰਦਾਰ ਸੁਖਦੇਵ ਸਿੰਘ ਜੀ ਗਰੇਵਾਲ ਸਾਹਿਬ ਕੁਝ ਇਹੋ ਜਿਹੀ ਮਿੱਟੀ ਦੇ ਬਣੇ ਹੋਏ ਸੀ, ਮਿੱਟੀ ਨੂੰ ਸਭ ਨੇ ਲਾਉਣਾ, ਪਰ ਇੰਨੀ ਜ਼ਿਆਦਾ ਨਿਮਰਤਾ, ਇੰਨਾ ਵਧੀਆ ਉਹਨਾਂ ਦੇ ਵਿਚਾਰ, ਸਾਰੀ ਉਮਰ ਉਹਨਾਂ ਨੇ ਬਹੁਤ ਜ਼ਿਆਦਾ ਸ਼ਰਾਫਤ ਦੇ ਨਾਲ ਨਿਮਰਤਾ ਦੇ ਅਤੇ ਧੀਰਜ ਦੇ ਨਾਲ ਜ਼ਿੰਦਗੀ ਬਚੀ ਹੈ। ਬੀਆਰ ਕਾਰਜ ਕਲਚਰ ਅਫਸਰ ਦੇ ਤੌਰ 'ਤੇ ਉਹ 30 ਸਾਲ ਦੀ ਸਰਵਿਸ ਤੋਂ ਬਾਅਦ ਰਿਟਾਇਰ ਹੋਏ, ਉਸ ਤੋਂ ਬਾਅਦ ਫਿਰ 33 ਸਾਲ ਫਿਰ ਆਪਣਾ ਜੀਵਨ ਜਿਹੜਾ ਉਹ ਗੁਰੂ ਦੇ ਹੁਕਮ ਨਾਲ ਜਿਉਂਦਾ, ਬਹੁਤ ਸਾਦੇ ਢੰਗ ਨਾਲ। ਅਸੀਂ ਵੇਖਦੇ ਹੁੰਦੇ ਸੀ ਅੰਤਲੇ ਸਮੇਂ ਤੱਕ ਸਾਈਕਲ 'ਤੇ ਹੀ ਸੈਰ ਕਰਦੇ ਹੁੰਦੇ ਸੀ। ਸਰੀਰ ਨੂੰ ਰਿਸ਼ਤ ਪੁਸ਼ਟ ਰੱਖਣ ਦਾ ਅੱਗੇ ਬਹੁਤ ਵੱਡਾ ਉਹਨਾਂ ਦਾ ਉਪਰਾਲਾ ਸੀ। ਕਿਸੇ ਨੇ ਸਲਾਹ ਦੇਣੀ ਤਾਂ ਬਹੁਤ ਵਧੀਆ ਦੇਣੀ ਹੈ, ਬੜਾ ਨਿਮਰਤਾ ਨਾਲ ਬੋਲਣਾ। ਅਸੀਂ ਵੀ ਝਿੱਲ ਗੁਰਦੁਆਰਾ ਸਾਹਿਬ ਜਦੋਂ ਤਿਆਰ ਕੀਤਾ ਬਹੁਤ ਵਾਰੀ ਅਸੀਂ ਉਹਨਾਂ ਤੋਂ ਸਲਾਹ ਲਈ ਹੈ, ਕਿਉਂਕਿ ਉਹ ਸਿਵਲ ਇੰਜੀਨੀਅਰ ਸਨ, ਬਹੁਤ ਵਧੀਆ ਉਹਨਾਂ ਨੇ ਨਿਮਰਤਾ ਨਾਲ ਸਲਾਹ ਦੇਣੀ। ਮਨੁੱਖ ਦਾ
ਅਸਤਿਤਵ ਇੰਨਾ ਹੀ ਹੈ ਕਿ ਸੰਸਾਰ ਚ ਆਇਆ। ਇਹ ਨਹੀਂ ਹੁੰਦਾ ਕਿ ਧਨ ਕਿੰਨਾ ਜੋੜ ਗਿਆ ਕੋਈ ਜਾਂ ਕੀ ਕਰ ਗਿਆ, ਧਨ ਤਾਂ ਇੱਥੇ ਹੀ ਆ, ਸਭ ਮਿੱਟੀ ਹੀ ਹੈ। ਉਹ ਤਾਂ ਮਨੁੱਖ ਹੋਵੇ ਦੇ ਕਰਕੇ ਗਿਰਦਾ, ਪਰ ਕਿੰਨਾ ਕਿ ਉਹ ਸੰਸਾਰ ਚ ਛੱਡ ਕੇ ਕੀ ਗਿਆ। ਹੋਰ ਤਾਂ ਬਹੁਤ ਕੁਛ ਮਨੁੱਖ ਦੇ ਜੀਵਨ ਚ ਹੁੰਦਾ, ਪਰ ਜੋ ਮੈਂ ਪ੍ਰਗਟ ਕਰਨਾ ਚਾਹੁੰਦਾ ਸਭ ਤੋਂ ਵੱਡੀ ਇਹਨਾਂ ਦੀ ਦੇਰ ਇਹ ਹੈ ਕਿ ਸਾਡੇ ਲਈ ਸਰਦਾਰ ਤਜਿੰਦਰ ਸਿੰਘ ਗਰੇਵਾਲ ਵਰਗਾ ਆਪਣਾ ਹੀ ਰੂਪ ਛੱਡ ਗਏ। ਉਹ ਵੀ ਇੰਨੇ ਨਿਮਰਤਾ ਵਾਲੇ ਨੇ, ਇੰਨੇ ਪਿਆਰ ਵਾਲੇ ਨੇ। ਅਸੀਂ ਛੋਟੇ ਹੁੰਦੇ ਇਕੱਠੇ ਗੁਆਂਢੀ ਸੀ, ਇਕੱਠੇ ਰਹਿੰਦੇ ਪਾਲਦੇ ਰਹੇ, ਕਦੀ ਅਸੀਂ ਇਹਨਾਂ 'ਚ ਤਾਂ ਗੁੱਸਾ ਵੇਖਿਆ ਹੀ ਨਹੀਂ। ਸਾਨੂੰ ਤਾਂ ਬਹੁਤ ਵਾਰੀ ਆ ਜਾਂਦਾ ਸੀ, ਸਰਦਾਰ ਜੀ ਤਾਂ ਬਹੁਤ ਘੱਟ ਪਿੰਡ ਲੱਗਦੇ ਸੀ, ਸਰਵਿਸ ਦੇ ਕਰਕੇ ਬਾਹਰ ਜ਼ਿਆਦਾ ਰਹਿੰਦੇ ਸੀ, ਪਰ ਇਹਨਾਂ ਨੂੰ ਉਸੇ ਰੂਪ 'ਚ ਹੀ ਵੇਖਿਆ ਸੀ। ਇਹ ਹੈ ਸੰਸਾਰ ਦੇ ਜੀਵਨ ਚ, ਇੱਕ ਬੰਦਾ ਕਿੰਨਾ ਵੀ ਚੰਗਾ ਹੋਵੇ, ਸੰਸਾਰ ਚ ਬਹੁਤ ਵਧੀਆ ਕਰਮ ਕਰ ਗਿਆ ਹੋਵੇ ਤੇ ਵੀ ਔਲਾਦ ਹੀ ਏਡੀ ਗੰਦੀ ਛੱਡ ਦੇ ਵੀ ਲੋਕ ਤਰਾ ਤਰਾ ਕਰਨ ਤਾਂ ਉਹਦਾ ਕੀ ਫਾਇਦਾ। ਪਰ ਇਹਨਾਂ ਨੇ ਆਪਣੇ ਵਰਗੀ ਹੀ ਔਲਾਦ ਸਾਨੂੰ ਦਿੱਤੀ ਹੈ, ਉਹ ਮਾਲਕ ਦਾ ਹੁਕਮ ਹੈ। ਤਜਿੰਦਰ ਸਿੰਘ ਗਰੇਵਾਲ ਵੀ ਬਿਲਕੁਲ ਉਹਨਾਂ ਵਰਗੀ, ਇਹਨਾਂ ਦੇ ਜੀਵਨ ਤੋਂ ਸਰਦਾਰ ਸੁਖਦੇਵ ਸਿੰਘ ਗਰੇਵਾਲ, ਤਜਿੰਦਰ ਸਿੰਘ ਗਰੇਵਾਲ, ਇਹਨਾਂ ਤੋਂ ਆਪਾਂ ਵੀ ਸੇਧ ਲੈ ਕੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਿਮਰਤਾ ਦੇ ਨਾਲ ਰਹਿਣਾ ਸਿਖਾਈਏ। ਦੁਨੀਆਂ 'ਚ ਕੁਛ ਨਹੀਂ, ਹੋਰ ਲੁੱਟ ਲੁੱਟ ਸਾਹਿਬ ਇੱਥੇ ਹੀ ਰਹਿ ਜਾਣੀ ਆ। ਇਹ ਇੱਕ ਪ੍ਰੈਕਟੀਕਲ ਜੀਵਨ ਜਿਉਂਦੇ ਰਹਿਣਾ, ਇਹੋ ਜਿਹਾ ਜੀਵਨ ਆਮ ਮਨੁੱਖਾਂ 'ਚ ਘੱਟ ਮਿਲਦਾ। ਕੋਈ ਜ਼ਿਆਦਾ ਟੈਨਸ਼ਨ 'ਚ ਨਹੀਂ, ਸਰੀਰ ਨੂੰ ਪਾਲਣਾ ਵਧੀਆ, ਕਸਰਤ ਕਰਨੀ, ਸਾਈਕਲ ਚਲਾਉਣਾ, ਤਾਂ ਹੀ 90-92 ਸਾਲ 95 ਸਾਲ ਦੀ ਉਮਰ ਹੋ ਗਈ। ਅੱਜ ਕੱਲ੍ਹ ਬਹੁਤ ਮੁਸ਼ਕਿਲ ਹੈ ਵੀ ਜ਼ਿਆਦਾ ਸਮਾਂ ਮੈਂ ਨਾ ਲਵਾਂ। ਇਹਨਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੀ ਇਹ ਹੋਵੇਗੀ, ਉੱਪਰ ਤੋਂ ਆਪਾਂ ਗੁਰੂ ਚਰਨਾਂ 'ਚ ਆਏ ਹਾਂ, ਗੁਰੂ ਤੋਂ ਵੱਡੀ ਤਾਂ ਕੋਈ ਹਸਤੀ ਨਹੀਂ ਜਿਹੜੀ ਉਹਨਾਂ ਆਪਣੇ ਪਰਿਵਾਰ ਨੂੰ ਉਧਾਰਸ ਦੇ ਸਕੇ। ਪਰ ਆਪਾਂ ਪਰਿਵਾਰ ਵੱਲੋਂ ਜਾਂ ਸਮਾਜ ਵੱਲੋਂ ਅਸੀਂ ਸਮਝਦੇ ਹਾਂ ਕਿ ਅਸੀਂ ਵੀ ਉਹਨਾਂ ਵਰਗੇ ਸ਼ਰੀਰ ਬਣਨ ਦੀ ਕੋਸ਼ਿਸ਼ ਕਰੀਏ, ਧੀਰਜ ਵਾਲੇ ਬਣਨ ਦੀ ਕੋਸ਼ਿਸ਼ ਕਰੀਏ, ਜ਼ਿੰਦਗੀ ਚੜ੍ਹਾ ਵਧਣ ਦੀ ਕੋਸ਼ਿਸ਼ ਕਰੀਏ, ਆਪਣੀ ਔਲਾਦ ਨੂੰ ਵੀ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰੀਏ। ਸੋ ਇਹਨਾਂ ਸ਼ਰਤਾਂ ਦੇ ਨਾਲ ਪਰਿਵਾਰ ਵੱਲੋਂ ਬੇਨਤੀ ਆ ਕਿ ਜੋ ਵੀ ਮਾਈ ਭਾਈ ਇੱਥੇ ਆਏ ਨੇ, ਸਭ ਦਾ ਤਹਿ ਦਿਲੋਂ ਧੰਨਵਾਦੀ ਨੇ ਅਤੇ ਸਭ ਨੂੰ ਵਾਰ ਵਾਰ ਬੇਨਤੀ ਆ, ਭਾਈ ਲੰਗਰ ਤਿਆਰ ਹੈ, ਗੁਰਦੁਆਰਾ ਛੱਡ ਕੇ ਜ਼ਰੂਰ ਜਾਇਓ, ਕੋਈ ਆਵੇ ਨਾ ਜਾ ਕੇ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।